ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚੰਡੀਗੜ੍ਹ ਬਰੂੜ ਰੋਡ ਤੇ ਕਾਲਜ ਪੈਂਦਾ, ਕਾਲੇ ਦਾ ਨਾਮ ਹੈ ਜੀ ਸਵਾਈਟ ਮਿੱਤਰੋ। ਸੋ ਸਭ ਤੋਂ ਪਹਿਲਾਂ ਮੈਂ ਸਦਾ ਦੇਣਾ ਆ ਮੇਰਾ ਭਰਾ, ਕੀ ਹਾਲ ਚਾਲ ਹੈ? ਤੇਰੇ ਸਮੇਂ ਦਾ ਪੰਜਾਬੀ ਪੰਜਾਬੀ ਨਹੀਂ ਸਰ, ਮੈਂ ਤੈਨੂੰ ਪੁੱਛਿਆ ਕੀ ਹਾਲ ਚਾਲ, ਤੂੰ ਨਾਲ ਜਵਾਬ ਦੇਤਾ। ਨਹੀਂ ਸਰ, ਮੈਨੂੰ ਸਮਝ ਨਹੀਂ ਆ ਰਿਹਾ। ਓਕੇ, ਕਿਆ ਨਾਮ ਹੈ? ਮੇਰਾ ਇਲਿਆਸ ਸਰ, ਮੁਹੰਮਦ ਇਲਿਆਸ। ਮੁਹੰਮਦ ਇਲਿਆਸ ਕਹਾਂ ਸੇ ਸਰ? ਮੈਂ ਲਦਾਖ ਸੇ ਹੂੰ। ਓ ਬੱਲੇ ਬੱਲੇ ਲਦਾਖ, ਓਕੇ ਓਕੇ, ਬਹੁਤ ਔਖਾ ਪਹੁੰਚਦਾ ਬੰਦਾ ਉੱਥੇ ਯਾਰ। ਥੈਂਕ ਯੂ ਸਰ। ਪਹਿਲਾਂ ਮਨਾਲੀ ਰੁਕੋ, ਫਿਰ ਉਸ ਤੋਂ ਬਾਅਦ ਜਸਪਾ ਰੁਕੋ, ਫਿਰ ਅੱਗੇ ਚੰਡੀਗੜ੍ਹ। ਚੰਡੀਗੜ੍ਹ ਤੋਂ ਉਰੇ ਰਹਿ ਗਿਆ ਉਸਤਾਦ, ਕਿ ਜਸਪਾ ਤੋਂ ਬਾਅਦ ਵੀ ਚੰਡੀਗੜ੍ਹ ਆਉਂਦਾ? ਨਹੀਂ ਸਰ। ਕਿਆ ਕਿਆ ਸ਼ੌਂਕ ਹੈ ਜੀ ਆਪਕਾ? ਮੇਰਾ ਤਾਂ ਸਿੰਗਿੰਗ ਮੈਂ ਸਰ, ਮੈਂ ਤਾਂ ਪ੍ਰੋਫੈਸ਼ਨਲੀ ਸਿੰਗਿੰਗ। ਪ੍ਰੋਫੈਸ਼ਨਲ ਸਿੰਗ, ਕਿਆ ਬਾਤ ਹੈ ਯਾਰ, ਕਿਆ ਬਾਤ ਹੈ। ਪਰਿਵਾਰ ਮੇਂ ਕੌਣ ਕੌਣ? ਪਰਿਵਾਰ ਮੇਂ ਮੇਰੇ ਇੱਕ ਬੜਾ ਭਾਈ ਹੈ ਔਰ ਦੋ ਬਹਿਣ ਹੈ ਛੋਟੇ। ਓਕੇ ਜੀ, ਓਕੇ ਓਕੇ। ਵਹੀਂ ਵਹੀਂ ਪੇ ਰਹਤੇ ਹੈ? ਹਾਂ, ਉਹ ਅਭੀ ਚੰਡੀਗੜ੍ਹ ਮੇਂ ਹੀ ਹੈ ਸਰ। ਓਕੇ ਓਕੇ, ਸਾਰਾ ਪਰਿਵਾਰ ਚੰਡੀਗੜ੍ਹ ਆਇਆ ਮਤਲਬ। ਸੁਣਾਓ ਕੀ ਸੁਣਾਓਗੇ? ਜੀ ਜੀ, ਮੈਂ ਗੀਤ ਸੁਣਾਉਂਦਾ। ਸੁਣਾ ਮੇਰਾ ਭਰਾ, ਸੁਣਾ। ਕੱਚੀ ਡੋਰੀਓਂ 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 ਸੇ, ਕਿਆ ਬਾਤ, ਮੈਨੂੰ ਤੂੰ ਬਾਂਧ ਲੇ। ਗਾ ਗਾ ਇੱਥੇ ਇੱਥੇ। ਕੱਚੀ ਯਾਰੀਓਂ 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 ਮੈਂ ਹੁੰਦੇ ਨਾ ਫਾਸਲੇ, ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ, ਮੇਰੇ ਸੋਹਣਿਆ ਸੁਣ ਲੈ ਮੇਰੀ ਦਿਲ ਦੀਆਂ ਗੱਲਾਂ। ਕਰਾਂਗੇ ਨਾਲ ਨਾਲ ਬਹਿ ਕੇ, ਅੱਖ ਨਾਲ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ। ਇਹ ਚਾਂਦ ਸਾ ਰੋਸ਼ਨ ਚਿਹਰਾ, ਬਾਲੋਂ ਕਾ ਰੰਗ ਸੁਨਹਿਰਾ, ਯੇ ਝੀਲ ਸੀ ਨੀਲੀ ਆਂਖੇ, ਕੋਈ ਰਾਜ਼ ਹੈ ਇਨਮੇ ਗਹਿਰਾ। ਤਾਰੀਫ ਕਰੂੰ ਕਿਆ ਉਸਕੀ ਜਿਸਨੇ ਤੁਮੇ ਬਣਾਇਆ, ਤਾਰੀਫ ਕਰੂੰ ਕਿਆ ਉਸਕੀ ਜਿਸਨੇ ਤੁਮੇ ਬਣਾਇਆ। ਚੱਲ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇੱਧਰ ਆਓ ਤੁਸੀਂ, ਆਓ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਤਾਲੇ, ਅੱਧੇ ਵਾਲ ਭੂਰੇ ਅੱਧੇ ਵਾਲ ਕਾਲੇ। ਕਿਆ ਬਾਤ ਹੈ, ਕੀ ਨਾਂ ਹੈ ਜੀ? ਅਮਨਜੋਤ। ਅਮਨਜੋਤ, ਕੀ ਸ਼ੌਂਕ ਨੇ ਜੀ? ਮਾਡਲਿੰਗ। ਮਾਡਲਿੰਗ ਦਾ ਸ਼ੌਂਕ ਹੈ, ਪੋਜ਼ ਕਰੋ ਜੀ, ਇਹ ਰੈਂਪ ਹੈ, ਠੀਕ ਹੈ ਜੀ? ਤੁਸੀਂ ਉੱਥੇ ਤੱਕ ਐਂ ਚਾਲ ਚਾਲ ਕੇ ਆਉਣਾ, ਕੈਮਰੇ ਵੱਲ ਨੂੰ ਆਪਣਾ ਫੇਸ ਕਰਨਾ ਜੀ, ਠੀਕ ਹੈ ਜੀ? ਬੜੀ ਮਿਹਰਬਾਨੀ, ਲਓ ਵੀ ਕੁੜੀ ਹੁਣ ਮਾਡਲਿੰਗ ਕਰਕੇ ਦਊਗੀ, ਖਿੱਚੋ ਕੰਮ। ਰਾਜੀ ਖੁਸ਼ੀ ਰੱਖਣ, ਚੜ੍ਹਦੀ ਕਲਾ 'ਚ ਰੱਖਣ, ਚੜ੍ਹਦੀ ਕਲਾ 'ਚ। ਖੜੋ ਖੜੋ ਖੜੋ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਮਨਜੀਤ ਸਿੰਘ ਜੀ। ਓਕੇ, ਕਿੱਥੋਂ ਬਿਲੋਂਗ ਕਰਦੇ ਜੀ? ਖੰਨੇ ਤੋਂ। ਖੰਨੇ ਤੋਂ? ਹਾਂ ਜੀ। ਓਕੇ ਓਕੇ, ਸੁਣਾਓ ਫਿਰ, ਕੀ ਸੁਣਾਓਗੇ? ਕੀ ਮੈਂ ਕੁੜੀਆਂ ਲਈ ਤਾਂ ਸਾਰੇ ਗਾਉਂਦੇ ਆ, ਮੈਂ ਆਪਣੀ ਮਾਂ ਲਈ ਗਾਉਣਾ ਚਾਹੁੰਦਾ। ਕੀ ਬਾਤ ਹੈ, ਕੀ ਬਾਤ ਹੈ। ਉਹ ਮੈਨੂੰ ਤੜਕੇ ਜਦੋਂ ਉਠਾਉਂਦੀ, ਦੁੱਧ ਨਾਲ ਪਿੰਨੀ ਰੋਜ਼ ਖਵਾਉਂਦੀ, ਮੇਰੇ ਲਈ ਜੋ ਕੁਝ ਹੈ ਚਾਹੁੰਦੀ, ਉਹਨੂੰ ਦੇ ਦੇ ਓਏ ਰੱਬਾ, ਮੇਰੇ ਫਿਕਰਾਂ ਵਿੱਚ ਨਾ ਸੌਂਦੀ ਮੇਰੀ ਬੇਬੇ ਓਏ ਰੱਬਾ, ਮੇਰੇ ਫਿਕਰਾਂ ਵਿੱਚ ਨਾ ਸੌਂਦੀ ਓ ਮੇਰੀ ਬੇਬੇ ਓਏ ਰੱਬਾ। ਬਹੁਤ ਵਧੀਆ, ਥੈਂਕ ਯੂ ਸੋ ਮਚ, ਤੁਸੀਂ ਆਓ ਜੀ, ਆਪਕੋ ਕਹਾ ਹੈ? ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਸਤਿ ਸ਼੍ਰੀ ਅਕਾਲ ਕਹਿੰਦੇ ਜੀ, ਸੋਚ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਜੀ। ਓਕੇ, ਸਤਿ ਸ਼੍ਰੀ ਅਕਾਲ। ਜੰਮੂ ਸੇ? ਉਹ ਬੜੀ ਦੂਰੋਂ ਆਏ ਤੁਸੀਂ ਤਾਂ, ਰਾਜ ਕਾਲਜ ਨਹੀਂ ਲੱਭਿਆ ਕੋਈ? ਨਾ। ਅਜੇ ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੰਮਾ, ਪਾਪਾ, ਭਈਆ ਔਰ ਮੈਂ। ਮੰਮਾ ਜੀ, ਜੀ ਨਹੀਂ, ਜੀ ਨਹੀਂ ਲਾਉਂਦੇ ਤੁਸੀਂ? ਜੀ ਬੋਲ ਦਿੱਤੀ ਹੂੰ ਮੰਮਾ ਜੀ, ਪਾਪਾ ਜੀ, ਪਾਪਾ ਜੀ, ਭਈਆ ਜੀ, ਜਿਹਨੇ ਜੰਮੇ ਉਹਨਾਂ ਦਾ ਜੀ ਲਾਓ ਜੀ। ਹਾਂਜੀ ਹਾਂਜੀ, ਕਾਲਾ ਧਾਗਾ ਕਾਹਨੂੰ ਬੰਨਿਆ ਤੁਸੀਂ? ਫੈਸ਼ਨ। ਅੱਛਾ, ਫੈਸ਼ਨ ਹੈ। ਓਕੇ ਓਕੇ ਓਕੇ, ਕਿੱਥੋਂ ਸੀ, ਕਿੱਥੋਂ ਆਇਆ ਫੈਸ਼ਨ? ਆਪਣੀ ਕਾਲੀ ਵਾਚ ਕਿਉਂ ਪਹਿਨਦੀ ਹੈ? ਇਹ ਤਾਂ ਇਹਦਾ ਘੜੀ ਹੈ। ਹਾਂ ਤੇ ਕਿਉਂ ਬਲੈਕ ਕਲਰ? ਇਹ ਤਾਂ ਫੇਰ ਟਾਈਮ ਤੁਹਾਨੂੰ ਦੱਸਦੀ, ਉਹ ਟਾਈਮ ਦੱਸਦਾ। ਬਲੈਕ ਕਲਰ ਕੀ ਕਿਉਂ ਪਹਿਨਦੀ ਹੈ? ਉਹਦਾ ਪਟਾ ਹੈ ਹੀ ਕਾਲਾ, ਤੂੰ ਲੈ ਦੇ ਹੋਰ। ਧਾਗਾ ਹੈ ਹੀ
ਟਾਈਮ ਦੱਸਦੀ ਹੈ ਨਾ ਵੀ 12:30 ਹੋ ਗਏ, ਟਾਈਮ ਨਾਲ ਚੱਲੋ ਹੈ ਨਾ, ਪੰਕਚੁਅਲ ਰਹੋ। ਕਾਲਾ ਧਾਗਾ ਕੀ ਕਹਿੰਦਾ? ਨਜ਼ਰ ਨਾ ਲੱਗ ਜੇ, ਨਜ਼ਰ ਨਾ ਲੱਗ ਜੇ। ਓ ਵੋ 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 ਵੋ, ਆ ਇੰਨੇ ਸੋਹਣੇ ਪੱਗਾਂ ਵਾਲੇ ਖੜੇ ਨੇ ਗੱਭਰੂ, ਇਹਨਾਂ ਨੇ ਤਾਂ ਬੰਨਿਆ ਨੀ। ਚਲੋ ਨਾ ਲੱਗੇ ਨਜ਼ਰ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ, ਵਧੀਆ ਲੱਗਿਆ ਗੱਲਬਾਤ ਕਰਕੇ। ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਕੀ ਨਾਂ ਜੀ ਤੁਹਾਡਾ? ਸਰ ਜਸਵੰਤ ਖਾਨਿਆਲ। ਜਸਵੰਤ, ਹਾਂਜੀ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਸਰ ਜੀ ਪਾਤਣਾ ਕੋਲ ਖਾਨਿਆਲ ਪਿੰਡ ਹੈ। ਪਾਤਣਾ, ਠੀਕ ਹੈ ਠੀਕ ਹੈ, ਪਟਿਆਲੇ ਤੋਂ ਗਾਹਾਂ। ਹਾਂਜੀ ਹਾਂਜੀ ਸਰ। ਓਕੇ, ਇੱਥੇ ਕਿਹੜਾ ਕੋਰਸ ਜੁਆਇਨ ਕੀਤਾ? ਉਰੇ ਤਾਂ ਜੀ ਬਸ ਤੰਗ ਹੀ ਕਰਦੇ ਹਾਂ ਸਰ ਕੋਰਸ। ਇੱਦਾਂ ਦੇ ਵੀ, ਇੱਦਾਂ ਦੇ ਵੀ ਹੋਣੇ ਚਾਹੀਦੇ ਨੇ। ਹਾਂਜੀ, ਕੁੜੀ ਵਾਲੇ ਆ ਗਏ ਇਹਨਾਂ ਦੇ ਘਰੇ ਜੀ, ਮੁੰਡਾ ਹੀ ਕਰਦਾ ਕਹਿੰਦੇ, ਤੰਗ ਹੀ ਕਰਦਾ ਕਹਿੰਦੇ। ਉਹੀ ਹਾਲ ਹੈ? ਉਹੀ ਹਾਲ ਹੈ ਜੀ। ਕੀ ਸੁਣਾਓਗੇ ਜੀ? ਇਹ ਤਾਂ ਇੱਕ ਕਹਿੰਦਾ ਮੁੰਡਾ, ਮੈਂ ਸਰ ਜੀ ਥੋੜ੍ਹਾ ਗਾਣਾ ਸੁਣਾਊਂਗਾ। ਮੁੰਡਾ ਗਰੀਬ ਜੇ ਘਰ ਦਾ ਹੁੰਦਾ ਮੇਰੇ ਵਰਗਾ, ਤੇ ਕੁੜੀ ਹੁੰਦੇ ਵੱਡੇ ਖਾਬਾਂ ਦੀ। ਵੇ ਗੱਲ ਸੁਣ ਬਾਲਮਾ, ਵੇ ਗੱਲ ਸੁਣ ਬਾਲਮਾ, ਕਿਉਂ ਗੁੱਸਾ ਚੜਿਆਈਏ, ਵੇ ਰੁੜ ਪੁੜ ਜਾਣੀ ਦਿਆ, ਕਿਉਂ ਬੂਥਾ ਸੜਿਆਈਏ। ਵੇ ਗੱਲ ਸੁਣ ਬਾਲਮਾ, ਕਿਉਂ ਗੁੱਸਾ ਚੜਿਆਈਏ, ਵੇ ਰੁੜ ਪੁੜ ਜਾਣੀ ਦਿਆ, ਕਿਉਂ ਬੂਥਾ ਸੜਿਆਈਏ। ਅਗੋ ਮੁੰਡਾ ਕਹਿੰਦਾ, ਉਹ ਫੈਸ਼ਨ ਵੇਖ ਕੇ ਮੈਂ ਉਲਟਾ ਤੇਰਾ ਨੀ, ਕੁੜਤਾ ਪਾਟ ਗਿਆ ਗੁੱਸੇ ਵਿੱਚ ਮੇਰਾ ਨੀ। ਤੇ ਕੁੜੀ ਫਿਰ ਕਹਿੰਦੀ ਆ, ਕਹਿੰਦੀ ਟਲਦੀ ਨੀ ਆ ਉਹ ਸੈਂਡਲੇ, ਉਹ ਲੈਣੇ ਜਿਹੜੀ ਉੱਚੀ ਅੱਡੀ ਦੇ, ਚੱਲ ਬਾਜ਼ਾਰ ਚ ਨਾਵੇਂ ਡੇਲੇ ਨੀ ਕੱਢੀ ਦੇ। ਅਗੋ ਮੁੰਡਾ ਕਹਿੰਦਾ, ਉਹ ਜੁੱਤੀ ਰਬੜ ਦੀ ਤੈਨੂੰ ਪਿੰਡੋਂ ਮੰਗਾ ਦਾਂਗਾ। ਕਹਿੰਦਾ ਜੇ ਕਦੇ ਆਪਣੀ ਲੜਾਈ ਵੀ ਪੈ ਗਈ ਨਾ, ਕਹਿੰਦਾ ਉਹ ਜੁੱਤੀ ਰਬੜ ਦੀ ਤੈਨੂੰ ਪਿੰਡੋਂ ਮੰਗਾ ਦਾਂਗਾ, ਸਿਰ ਵਿੱਚ ਮਾਰਾ ਨੀ ਤੇਰੇ ਸੱਟ ਨਾ ਲੱਗੇ ਨੀ। ਬਹੁਤ ਵਧੀਆ। ਫਿਰ ਕੁੜੀ ਕਹਿੰਦੀ ਹੈ, ਕਹਿੰਦਾ ਉਹ ਸਾੜੀ ਉਹ ਲੈਣੀ ਜਿਹੜੀ ਹੋਵੇ ਨਾਈ ਲੂਣ ਦੀ, ਤੇਰੀ ਮੇਰੀ ਗੱਲ ਚੰਨਾ ਵੇ ਤਾਂਯੂ ਬਣਦੀ ਆ। ਹੁਣ ਪੰਪ ਦੇ ਰਹੀ ਉਹਨੂੰ, ਕਹਿੰਦਾ ਉਹ ਸਾੜੀ ਉਹ ਲੈਣੀ ਜਿਹੜੀ ਹੋਵੇ ਲਾਈ ਲੂਣ ਦੀ, ਤੇਰੀ ਮੇਰੀ ਗੱਲ ਚੰਨਾ ਵੇ ਤਾਂਯੂ ਬਣਦੀ ਆ। ਮੁੰਡਾ ਮੇਰੇ ਵਰਗਾ ਭੋਲਾ ਜਿਹਾ ਹੁੰਦਾ, ਉਹ ਕਹਿੰਦਾ ਬਹੁਤ ਭੋਲਾ, ਤੇਰੇ ਵਰਗਾ ਬਹੁਤ ਭੋਲਾ, ਇਹਦੇ ਵਰਗਾ ਭੋਲਾ ਇਹ ਨਹੀਂ ਬਈ। ਹਾਂ, ਕੀ ਕਹਿੰਦਾ ਕੀ ਕਹਿੰਦਾ? ਉਹ ਸਾੜੀ ਖੱਦਰ ਦੀ ਤੈਨੂੰ ਪਿੰਡੋਂ ਮੰਗਾ ਦਾਂਗਾ, ਉਹ ਸਾੜੀ ਖੱਦਰ ਦੀ ਤੈਨੂੰ ਪਿੰਡੋਂ ਮੰਗਾ ਦਾਂਗਾ, ਜੇ ਉਹ ਪਟ ਜਾਵੇ ਮੈਨੂੰ ਕੱਛਾ ਸਵਾ ਦੀ ਨੀ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਫਿਰ ਕਹਿੰਦੀ ਹੈ, ਕਹਿੰਦੀ ਉਹ ਸਾਈਕਲ ਹੀ ਉਹ ਲੈਣਾ, ਸਾਈਕਲ ਹੀ ਉਹ ਲੈਣਾ ਜਿਹੜਾ ਕੂਕਾਂ ਬੰਨੇ ਵੇ, ਲੋਕੀ ਵੇਖਣਗੇ ਸੜਕਾਂ ਤੇ ਬੰਨੇ ਵੇ। ਅੱਗੋਂ ਮੁੰਡਾ ਬਸ ਲਾਸਟ ਤੇ ਜਵਾਬ ਦਿੰਦਾ, ਕਹਿੰਦਾ ਉਹ ਖੋਤਾ ਉਹ ਲੈ ਦੂੰ, ਉਹ ਖੋਤਾ ਉਹ ਲੈ ਦੂੰ ਜਿਹੜਾ ਭਾਰ ਵੀ ਢੋਵੇਗਾ, ਸ਼ੁਕਰ ਗਰੀਬਾਂ ਦਾ ਕੁਛ ਗੁਜ਼ਾਰਾ ਵੀ ਹੋਵੇਗਾ। ਸ਼ੁਕਰੀਆ ਸਰ ਜੀ, ਥੈਂਕ ਯੂ। ਬਹੁਤ ਸੋਹਣੀ ਆਵਾਜ਼, ਬਹੁਤ ਸੋਹਣੀ ਆਵਾਜ਼। ਕੀ ਨਾਂ ਤੁਹਾਡਾ? ਪ੍ਰੀਤੀ। ਹੈ ਜੀ? ਪ੍ਰੀਤੀ। ਪ੍ਰੀਤੀ, ਆਪਣਾ ਨਾਂ ਹੀ ਤੁਹਾਡਾ? ਓਕੇ, ਮੈਂ ਕਿਹਾ ਘਬਰਾ ਕੇ ਦੱਸ ਰਹੇ ਹੋ, ਕੌਨਫੀਡੈਂਸ ਨਾਲ ਦੱਸੋ ਬੇਟੇ, ਘਰਦੇ ਨੇ ਨਾਂ ਰੱਖਿਆ ਪ੍ਰੀਤੀ। ਕੀ ਨਾਂ ਹੈ ਜੀ? ਪ੍ਰੀਤੀ। ਹਾਂਜੀ, ਕੀ ਕਰਦੇ ਹੋ ਜੀ ਪ੍ਰੀਤੀ ਜੀ? ਬੀਕੌਮ ਆਨਰਸ ਮੇਂ ਪਰਸੂਇੰਗ ਕਰ ਰਹੀ ਹਾਂ, ਸਟੱਡੀ। ਬੀਕੌਮ ਆਨਰਸ ਮੇਂ? ਯੈਸ, ਸਟੱਡੀ। ਓਕੇ, ਕੀ ਸ਼ੌਂਕ ਹੈ ਜੀ? ਡਾਂਸਿੰਗ ਦਾ। ਡਾਂਸ ਦਾ? ਟੈਕਨੀਕ ਦੇ ਬ੍ਰੇਕ ਦਾ ਨਾ ਰਿਮੋਟ ਨੂੰ ਹੱਥ ਲਾਇਓ, ਮਿਲਦੇ ਇੱਕ ਛੋਟੇ ਜੇ ਬ੍ਰੇਕ ਤੋਂ। ਇੱਕ ਵਾਰ ਫੇਰ ਸਵਾਗਤ ਹੈ ਕੰਟੀਨੀ ਮੰਡੀਰ ਦੇ ਵਿੱਚ, ਫਾਈਟ ਕਾਲਜ 'ਚ ਰੌਣਕਾਂ ਲੱਗੀਆਂ ਨੇ, ਅਗਲੇ ਸਟੂਡੈਂਟ ਨੂੰ ਬੁਲਾਉਂਦੇ ਹਾਂ, ਆਓ ਜੀ। ਪੰਜਾਬੀ ਤੇ ਹਿੰਦੀ ਦਾ ਮੇਲ ਬਹੁਤ ਆ ਇਸ ਕਾਲਜ, ਕਿਉਂਕਿ ਪੰਜਾਬੀ ਸਰਦਾਰ ਮੁੰਡੇ ਤੇ ਕੁੜੀਆਂ ਕਸ਼ਮੀਰ ਕਸ਼ਮੀਰ ਦੇ ਆਈ ਜਾਂਦੀਆਂ, ਤੇ ਉਹਦੇ ਤੇ ਗਾਣਾ ਬਾਈ ਆਪਾਂ ਲਿਖਦੇ ਆ ਜੀ। ਅੱਛਾ ਅੱਛਾ, ਆਣ ਦੋ ਫਿਰ ਗਾਣਾ।
ਕਿ ਹੱਥ ਜਾ ਮਿਲਾ ਕੇ ਬੋਲਦੀ ਆ ਹਿੰਦੀ ਓਏ ਉਹ ਸਾਡੀ ਪੱਗ ਨਾਲ ਮੈਚਿੰਗ ਜੀ ਲਾਉਂਦੀ ਬਿੰਦੀ ਓਏ ਕਹਿੰਦੀ ਆਪਸੇ ਹੋ ਗਿਆ ਪਿਆਰ ਹਮੇ ਅਬ ਜੋ ਹੋਗਾ ਸਭ ਸਹਿਨਾ ਹੈ ਆਦੇ ਸੜਤੇ ਮਰੀ ਇੱਕ ਨਾਜ਼ੁਕ ਜੀ ਕਲੀ ਕਹਿੰਦੀ ਆਪ ਕੇ ਪਿੰਡ ਮੇ ਰਹਿਣਾ ਹੈ ਕਹਿੰਦੀ ਆਪ ਕੀ ਬੇਬੇ ਜੀ ਸੇ ਮੈਨੇ ਸਾਗ ਹੈ ਸਿੱਖਣਾ ਉਹ ਮੈਨੂੰ ਪਤਾ ਪਾਥੀਆਂ ਦੇ ਤੂੰ ਏ ਅੱਗੇ ਉਹਨੇ ਕਿੰਨਾ ਚਿਰ ਟਿਕਣਾ ਕਹਿੰਦੀ ਹੱਸਦੇ ਹੱਸਦੇ ਕੱਟ ਜਾਏ ਜ਼ਿੰਦਗੀ ਮੈਨੂੰ ਪਤਾ ਮੱਛਰਾਂ ਵਿੱਚ ਪੈਣਾ ਏ ਆਦੇ ਸੜਦੇ ਮਰੀ ਇੱਕ ਨਾਜ਼ੁਕ ਜੀ ਕਲੀ ਕਹਿੰਦੀ ਆਪ ਕੇ ਪਿੰਡ ਮੇ ਰਹਿਣਾ ਬਈ ਆਪਣੀ ਨਾ ਪੋਇਟਰੀ ਬਹੁਤ ਵਾਇਰਲ ਆ ਥੋੜ੍ਹੀ ਬਹੁਤੀ ਆਪਾਂ ਬੋਲਦੇ ਹਾਂ ਤੇ ਸੁਣਾਓ 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 ਕਹਿੰਦੀ ਛੱਡ ਦੇਣਾ ਤੈਨੂੰ ਉਹ ਮੈਂ ਕਿਹਾ ਹੱਡਾਂ 'ਚ ਰਚਿਆ ਹੋਇਆ ਕਹਿੰਦੀ ਦਿਲ ਦੇ ਕੋਲ ਨਹੀਂ ਆਉਣ ਦੇਣਾ ਉਹ ਮੈਂ ਕਿਹਾ ਉਸੇ 'ਚ ਤਾਂ ਵਸਿਆ ਹੋਇਆ ਇੰਨਾ ਜ਼ੋਰ ਲਾ ਲਿਆ ਨਬਜ਼ਾਂ ਨਾ ਢਿੱਲੀਆਂ ਕਰ ਲਈ ਜੇ ਹੁਣ ਛੱਡ ਕੇ ਚੱਲੀ ਹੈ ਨਾ ਅੱਖਾਂ ਨਾਲ ਸਿੱਲੀਆਂ ਕਰ ਲਈ ਥੈਂਕ ਯੂ ਸੋ ਮਚ ਰੌਣਕਾਂ ਬਣੀਆਂ ਥੈਂਕ ਯੂ ਸੋ ਮਚ ਥੈਂਕ ਯੂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਕੀ ਨਾਂ ਤੁਹਾਡਾ ਸਰ ਸਵਰਾਜ ਪਾਂਡੇ ਆਈ ਐਮ ਫਰੋਮ ਦਿੱਲੀ ਓਕੇ ਓਕੇ ਮੈਂ ਪੁੱਛਿਆ ਨਹੀਂ ਕਿੱਥੋਂ ਸਵਰਾਜ ਪਾਂਡੇ ਹਾਂਜੀ ਹਾਂਜੀ ਸਰ ਕਿਆ ਸੁਣਾਓਗੇ ਸਰ ਸਰ ਕਿਉਂਕਿ ਮੈਂ ਪੰਜਾਬ ਮੇਂ ਹੂੰ ਔਰ ਸਰਦਾਰ ਐਸੀ ਸ਼ਬਦ ਹੈ ਸਰਦਾਰ ਜੋ ਹਮਾਰੇ ਦਿਲ ਮੇਂ ਹੈ ਜੋ ਹਮਾਰੇ ਭਾਰਤ ਕੇ ਦਿਲ ਮੇਂ ਹੈ ਕਿਆ ਬਾਤ ਹੈ ਤੋ ਮੈਂ ਸਰਦਾਰ ਪੇ ਦੋ ਲਾਈਨ ਸੁਣਾਉਣਾ ਚਾਹੂੰਗਾ ਸਰਦਾਰ ਜੀ ਪੇ ਕਿ ਜੋ ਦੋ ਦਿਲ ਏਕ ਕਰ ਦੇਤਾ ਹੈ ਅਸਲੀ ਪਿਆਰ ਹੋਤਾ ਹੈ ਕਿ ਜੋ ਦੋ ਦਿਲ ਏਕ ਕਰ ਦੇਤਾ ਹੈ ਅਸਲੀ ਪਿਆਰ ਹੋਤਾ ਹੈ ਸਨਮ ਕੋ ਹੀ ਖੁਦਾ ਸਮਝੇ ਵਹੀਂ ਸਵੀਕਾਰ ਹੋਤਾ ਹੈ ਹੋਤਾ ਹੈ ਵਤਨ ਕੇ ਵਾਸਤੇ ਆਪਣੀ ਜਵਾਨੀ ਤਾਰ ਪਰ ਰੱਖ ਦੇ ਵਤਨ ਕੇ ਵਾਸਤੇ ਆਪਣੀ ਜਵਾਨੀ ਤਾਰ ਪਰ ਰੱਖ ਦੇ ਵੋ ਭਾਰਤ ਮਾਂ ਕਾ ਅਸਲੀ ਲਾਲ ਹੀ ਸਰਦਾਰ ਹੋਤਾ ਹੈ ਭਾਰਤ ਮਾਂ ਕਾ ਅਸਲੀ ਲਾਲ ਹੀ ਸਰਦਾਰ ਹੋਤਾ ਹੈ ਜਿਉਂਦਾ ਰਹਿ ਜਿਉਂਦਾ ਰਹਿ ਮੇਰਾ ਭਰਾ ਆ ਜਾਓ ਬੱਚਾ ਜੀ ਆ ਜਾਓ ਕਿਆ ਬਾਤ ਹੈ ਕਲਚਰ ਸਾਂਭਿਆ ਤੁਸੀਂ ਹੈਲੋ ਜੀ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਕਹਾਂ ਸੇ ਜੀ ਕਸ਼ਮੀਰ ਸੇ ਕਿਆ ਬਾਤ ਹੈ ਕਸ਼ਮੀਰ ਬਿਊਟੀ ਕੇ ਨਾਮ ਸੇ ਜਾਣਾ ਜਾਤਾ ਹੈ ਕਸ਼ਮੀਰ तो यहाँ पे पंजाब में पढ़ रहे हो इतनी दूर आकर कब जाते हो वापस कितने टाइम पर गेड़ा लगता है सर ये मेरा पहला साल है इधर अभी तक गए नहीं अभी तक नहीं गए अच्छा कब कितना टाइम हो गया सर दो तीन महीने हो गए दो तीन महीने दिल लग गया जी यहाँ पे जी क्या बात और भी फ्रेंड्स हैं कश्मीर के जी जी बहुत है वो कहाँ है हॉस्टल में होंगे या पढ़ रहे होंगे हॉस्टल में नहीं इधर ही है कुछ लोग हॉस्टल में अच्छा कुछ लोग क्लास में है आप यहाँ हो अच्छा जी एम की है जिंदगी का की बनना चाहते हो मेरा एम तो बचपन से ही था सिंगर बनने का बट ਘਰ ਵਾਲੋਂ ਕਾ ਮਤਲਬ ਸਪੋਰਟ ਉਤਨਾ ਜ਼ਿਆਦਾ ਨਹੀਂ ਹੈ ਪਰ ਕੋਈ ਨਹੀਂ ਤੁਸੀਂ ਨਾਲ ਨਾਲ ਪੜ੍ਹੀ ਚੱਲੋ ਨਾਲ ਨਾਲ ਸ਼ੌਂਕੀਆ ਗਾਉਂਦੇ ਰਹੋ ਗਾਣਾ ਸੁਣਾਈਏ ਮਾਹੀ ਵੇ ਮੁਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਛ ਹੋਰ ਮਾਹੀ ਵੇ ਮੁਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਛ ਹੋਰ ਕਿਸਮਤ ਦੇ ਮਾਰੇ ਹੋ ਅਸੀਂ ਕੀ ਕਰੀਏ ਕਿਸਮਤ ਦੇ ਮਾਰੇ ਹੋ ਅਸੀਂ ਕੀ ਕਰੀਏ ਕਿਸਮਤ ਦੇ ਮਾਰੇ ਹੋ ਅਸੀਂ ਕੀ ਕਰੀਏ ਕਿਸਮਤ ਤੇ ਕਿਸ ਦਾ ਜ਼ੋਰ ਮਾਹੀ ਵੇ ਮਾਹੀ ਬਹੁਤ ਵਧੀਆ ਆਪਣਾ ਸੁਰ ਬਹੁਤ ਪੱਕਾ ਹੈ ਜੀ ਆਪਣਾ ਜੋ ਸੁਰ ਲਗਾਇਆ ਬਹੁਤ ਮੈਂ ਤਾਂ ਨਰਵਸ ਹੋ ਗਈ ਨਹੀਂ ਨਹੀਂ ਨਰਵਸ ਨਹੀਂ ਹੋਣਾ ਜੀ ਕੋਈ ਚੱਕਰ ਨਹੀਂ ਗੋਡ ਬਲੈਸ ਯੂ ਮਹਾਰਾਜ ਤੁਹਾਨੂੰ ਖੁਸ਼ ਰੱਖਣ ਪਰਮਾਤਮਾ ਅੱਲਾ ਆਪਕੋ ਖੁਸ਼ ਰੱਖੇ ਹਮੇਸ਼ਾ ਗੋਡ ਬਲੈਸ ਯੂ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਜੀ ਮੁੰਡਿਆਂ ਦਾ ਭੰਗੜਾ ਆਓ ਵੀਰੇ
क्या नाम है? सत श्री अकाल जी, अनुकूल चंद्र। सत श्री अकाल जी अनुकूल जी, कथों आए? सर ये कॉपी ऐसे, सर इसमें पोइट्री थी तो इसलिए हमने कॉपी ली। मैंने कहा कहाँ से आए? हाँ जी हिंदी बोल रहा हूँ जी। सर कहाँ रहते हो? सर बिहार। बिहार, बल्ले बल्ले बल्ले, बड़ी दूरों आए। ठीक है ठीक है, पीआर हो गए यहाँ? पीआर नहीं होते, वही तो नियम बता रहा हूँ ना, वो लड़कियाँ के क्या क्या नियम होते हैं। इसमें डायरी में क्या लिखते हो? खुद लिखते हो? हाँ सर खुद। सुनाओ सुनाओ सुनाओ, क्या लिखते हो? शायरी लिखते हो? शायरी, शेरो शायरी में लिखता हूँ सर। सुनाओ 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 सुनाओ। सुना रहा हूँ पहले, एक्चुअली प्यार क्यों नहीं हुआ कि मतलब प्रॉब्लम क्या है। अच्छा प्रॉब्लम क्या है? क्या प्रॉब्लम है बता रहा हूँ। बताओ बताओ। इनके प्यार करने के नियम भी हार्ड होते हैं, इनके प्यार करने के नियम भी हार्ड होते हैं, इनके दिल के दरवाजे पर अक्सर गार्ड होते हैं। इन्हीं पर जान लुटाती है, दिल लुटाती है, जिसके जेब में 10-20 क्रेडिट कार्ड होते हैं। क्या बात है क्या बात है। तो एक पोइट्री है सर, तो पोइट्री सुनाना चाहता हूँ। सुनाओ 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 सुनाओ। डैडी ने मुंडा पे जा पढ़ने, मुंडा पोइट्री लिखी जाता इतने। अच्छा आप लिखे सर? हाँ। क्या बात है क्या बात है। मेरी वाली के बारे में बता रहा हूँ। तेरी भी हैगी है? वाह रब्बा, वाकई कहना रब जी देना ना। वाहिगुरु वाहिगुरु। जब ना कर बाल झाड़ती है मेरी वाली, ओए, 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 ओए। जब ना कर बाल झाड़ती है मेरी वाली, आसमान में छा जाती है घाट काली घटाएं। अच्छा। और मैं उसके मनमोह अदा का मारा हूँ, लोग मुझे पागल प्रेमी आवारा कहते हैं। बल्ले तेरे साल। उसकी अदा सबसे अलग है, सबसे निराली। हाँ। उसकी हंसी सबसे जवा है मेरी वाली। बहुत बढ़िया, खेत के रहा कम दबी ना चली चल तोड़ा, खेत के रहा कम। आया आया मेरा भरा। सत श्री अकाल बिहार से। अच्छा बड़े आए यार तुम। मोर देन 100 से भी ज्यादा अपना पोएट्री लिख चुका हूँ। 100 से ज्यादा पोएट्री लिख चुका हूँ अपना मैं, पोएट्री लिख चुका हूँ। और यहाँ पे हम आपको छोटी सी बात बताना चाहेंगे। आवाज मिल रही है प्रॉपर? हाँ मिल गई है, प्रॉपर मिल रही है। सर किसी ने अगर ऐसे देखा ना होता, किसी ने अगर ऐसे देखा ना होता, किसी ने अगर ऐसे देखा ना होता। कैसे सर? उस निगाहों में जब मोहब्बत की कशिश लगती है, मोहब्बत की आग भड़कती है, तो यहाँ पे भी कुछ आग लग ही जाता है। तो सर किसी ने अगर ऐसे देखा ना होता, तो बाबर का दिल यूं ही पिघला ना होता। हाँ। और अगर उसने अपनी जो नजरें झुकाती, अगर उसने अपनी जो नजरें झुकाती, मेरे नजर का उनसे टक्कर ना होता। हाँ। और अगर महफिलों में वो खुद को संभलती, अगर महफिलों में वो खुद को संभलती, मेरा दिल भी संग उनके बहका ना होता। और न चाहत थी दिल में मेरे ना लगन थी, न चाहत थी दिल में मेरे ना लगन थी, अगर उनके दिल में ये हलचल ना होता। और मुझे क्या पता था कि वो है ग्राहक, मुझे क्या पता था कि वो है ग्राहक, वरना मेरे दिल का उनसे ये सौदा ना होता। मेरे दिल का उनसे। ताड़ी मारो यार, ताड़ी मारो, ताड़ी मारो, ताड़ी मारो, ताड़ी मारो, ताड़ी मारो, ताड़ी। थैंक यू सर। वेरी गुड वेरी गुड। थैंक यू। सारे ने समझ आया? सारे ताड़ी मारो। आ जा आ जा आ जा। सत श्री अकाल। क्या बात है क्या बात है। जफरी ओ तुम्हारी बड़ी हो गई बंदूक उसकी लख लानत भी दंदियां मशूक उसकी। खोरे टाइम ही उत्ते चले ना बंदूक उसकी, लख लानत भी दंदियां मशूक उसकी। खासे टाइम दा ए तुरिया ओ फिरदा, ताही ताए हर कोई जानदा। ओ कालजां च वेला गेड़े मारदा ओ मुंडा रवनीत नाम दा, ओ कालजां च वेला गेड़े मारदा नी मुंडा रवनीत नाम दा। क्या बात है। ओने छाननी च छणना ब्रांड बनना, ओने भीड़ विचों निकल के अगे खड़ना। क्या बात है। ओने छाननी च छणना ब्रांड बनना, ओने भीड़ विचों निकलना अगे खड़ना। होए ना ही ओदे लई लिख सकदा, ऐना ही ओदे लई लिख सकदा नी मुंडा लवजीत नाम दा। कालजां च वेला गेड़े मारदा नी मुंडा रवजीत रवनीत।
ਰਵਨੀਤ ਨਾਲ ਮੁੰਡੇ ਬਾਲਾ ਬੋਲਦੇ ਨੇ ਉਹਨਾਂ ਲਈ ਸੁਣਾ ਦਿੰਦੇ ਕੁਛ ਹੱਸਣਾ ਤੋਂ ਹਰ ਖੂਬਸੂਰਤ ਲੜਕੀ ਕੀ ਅਦਾ ਹੈ ਮੁਸਕੁਰਾਨਾ ਤੋਂ ਹਰ ਖੂਬਸੂਰਤ ਲੜਕੀ ਕੀ ਅਦਾ ਹੈ ਜੋ ਉਸੇ ਪਿਆਰ ਸਮਝ ਲੇ ਵੋ ਇਨ ਜੈਸਾ ਗਧਾ ਹੈ ਤੁਸੀਂ ਬੜੇ ਸੋਹਣੇ ਲੱਗ ਰਹੇ ਅੱਜ ਮਾਰੇ ਇੱਕ ਭਾਗ ਲਾਉਣ ਲੱਗ ਕੁੜੀਆਂ ਵੀ ਸੋਹਣੀਆਂ ਨੇ ਜੀ ਸਾਰੇ ਬਚ ਕੇ ਰਹੇ ਮਾਰੇ ਸਾਰੇ ਸੋਹਣਾ ਸਾਰੇ ਸੋਹਣੇ ਸਾਰੇ ਪਰਮਾਤਮਾ ਨੇ ਸਾਰੇ ਰੰਗ ਸੋਹਣੇ ਬਣਾਏ ਆ ਸਾਰੇ ਸੋਹਣੇ ਸਾਰੇ ਸੋਹਣੇ ਨੇ ਤੁਸੀਂ ਵੀ ਬਾਲੇ ਸੋਹਣੇ ਹੋ ਮਹਾਰਾਜ ਭਾਗ ਲਾਉਣ ਮਹਾਰਾਜ ਭਾਗ ਲਾਉਣ ਤੇ ਵੀਰੇ ਤੁਸੀਂ ਪਹਿਲੀ ਵਾਰ ਆਏ ਉਰੇ ਹਾਂਜੀ ਮੈਂ ਪਹਿਲੀ ਵਾਰ ਆਈ ਹਾਂ ਤਾਂ ਹੀ ਪੁੱਛ ਰਹੀ ਹਾਂ ਤੁਹਾਨੂੰ ਅੱਛਾ ਹੱਸੋ ਓਏ ਨਹੀਂ ਨਹੀਂ ਹੱਸੋਗੇ ਤਾਂ ਵੀ ਕੋਈ ਤਕਲੀਫ ਨਹੀਂ ਮੈਂ ਡੇਲੀ ਚੁੱਪ ਕਰ ਦਿਓ ਚੁੱਪ ਕਰ ਦਿਓ ਕੋਈ ਹਾਂਜੀ 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 ਕੁਛ ਤੁਸੀਂ ਪੁੱਛ ਰਹੇ ਸੀਗੇ ਮੈਂ ਕਿਹਾ ਦੱਸਦਾ ਹੀ ਜਾਂਦੇ ਨਹੀਂ ਨਹੀਂ ਤੁਸੀਂ ਪੁੱਛਣ ਨੂੰ ਖੜੇ ਮੈਂ ਤਾਂ ਦੱਸਣ ਨੂੰ ਖੜੀ ਹਾਂ ਪਰਿਵਾਰ ਚ ਕੌਣ ਕੌਣ ਤੁਹਾਡੇ ਸਾਰੇ ਠੀਕ ਠਾਕ ਹਾਂਜੀ ਸਾਰੇ ਠੀਕ ਠਾਕ ਕੌਣ ਕੌਣ ਨੇ ਜੀ ਮੰਮੀ ਪਾਪਾ ਵੀਰਾ ਜੀ ਲਾ ਲਿਆ ਕਰੋ ਜੀ ਜੀ ਲਾਉਣੇ ਆ ਜੀ ਹੋਰ ਕੀ ਕਰਦੇ ਆ ਉੱਥੇ ਲਾਉਣੇ ਆ ਕੱਲਾ ਅੱਛਾ ਕਹੋ ਮੰਮੀ ਜੀ ਡੈਡੀ ਜੀ ਏਦਾਂ ਕਹੋ ਨਾ ਹਾਂਜੀ ਮੰਮੀ ਜੀ ਡੈਡੀ ਜੀ ਪਾਪਾ ਜੀ ਔਰ ਕੁਝ ਜਦੋਂ ਮੰਮੀ ਜੀ ਡੈਡੀ ਜੀ ਹੋ ਗਿਆ ਫਿਰ ਪਾਪਾ ਜੀ ਕਿਵੇਂ ਆ ਗਏ ਤੁਸੀਂ ਕਿਹਾ ਨਾ ਜੀ ਲਾਓ ਬੜੀ ਇੱਜ਼ਤ ਲਾਤੀ ਸੀ ਫਿਰ ਮੈਂ ਅੱਛਾ ਜੀ ਚਲੋ ਠੀਕ ਹੈ ਜੀ ਕੀ ਕਰਦੇ ਜੀ ਡੈ ਬਿਜ਼ਨਸ ਸੀ ਆਈ ਆਪਣਾ ਬਹੁਤ ਵਧੀਆ ਬਹੁਤ ਵਧੀਆ ਇੱਥੇ ਕਿਹੜਾ ਕੋਰਸ ਹੈ ਜੁਆਇਨ ਕੀਤਾ ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਪਹਿਲਾ ਸਾਲ ਹਾਂਜੀ ਓਕੇ ਜੀ ਓਕੇ ਤੇ ਕਿੱਥੋਂ ਸੰਗਰੂਰ ਹੀ ਪੜ੍ਹੇ ਤੁਸੀਂ ਸਕੂਲਿੰਗ ਸੰਗਰੂਰ ਤੋਂ ਹੋਈ ਹੈ ਕੀ ਏਮ ਕੀ ਹੈ ਜੀ ਜ਼ਿੰਦਗੀ ਦਾ ਬਣਨਾ ਕੀ ਚਾਹੁੰਦੇ ਹੋ ਸਰ ਇੰਨਾ ਕੇਮ ਹੈ ਕਿ ਇੱਕ ਗੱਡੀ ਹੋਵੇ ਪਿੱਛੇ 4-5 ਗੱਡੀਆਂ ਹੋਣ ਮੇਰੀ ਗੱਡੀ ਲਾਲ ਬੱਤੀ ਵਾਲੀ ਹੋਵੇ ਤੇ ਬਸ ਅੱਗੇ ਪਿੱਛੇ ਸਿਕਿਉਰਿਟੀ ਇੰਨੀ ਹੋਵੇ ਕਿ ਮੈਨੂੰ ਮਿਲਣ ਨਹੀਂ ਨਾ ਲੋਕ ਇੰਨੀ ਲੰਬੀ ਲਾਈਨ ਲਾ ਕੇ ਖੜਨ ਦੋ ਚਾਰ ਲਾ ਲਿਓ ਜੀ ਕਈ ਵਾਰੀ ਬੰਦਾ ਐਂਬੂਲੈਂਸ ਵੀ ਪਾ ਲੈਂਦਾ ਨਾ ਜੀ ਹਾਂਜੀ ਚਲੋ ਬਾਬਾ ਤਰੱਕੀ ਦੇਵੇ ਤੁਹਾਡੇ ਕੋਲ ਲਾਲ ਬੱਤੀ ਹੋਵੇ ਤੁਹਾਡੇ ਕੋਲ ਸ਼ੋਹਰਤ ਹੋਵੇ ਦੌਲਤ ਹੋਵੇ ਹੋਰ ਕੋਈ ਸੁਨੇਹਾ ਲਾਉਣਾ ਹੋਵੇ ਤੁਸੀਂ ਬਹੁਤ ਸਿਆਣੇ ਲੱਗੇ ਜੀ ਮੈਨੂੰ ਕਾਫੀ ਨਾ ਜੀ ਹਾਂਜੀ ਮੈਂ ਕਿਹਾ ਸਿਆਣੇ ਬੰਦੇ ਨੂੰ ਸੁਨੇਹਾ ਜ਼ਰੂਰ ਲੈਣਾ ਚਾਹੀਦਾ ਕੋਈ ਸੁਨੇਹਾ ਦੇ ਦਿਓ ਹਾਂਜੀ ਸੁਨੇਹਾ ਸੁਣਿਓ ਹੁਣ ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਐਵੇਂ ਇਸ਼ਕ ਨਾ ਕਰਿਆ ਕਰ ਤੇਰੇ ਆਪਣੇ ਤੈਨੂੰ ਠੱਗਣਗੇ ਵੇ ਘਰਦਿਆਂ ਤੇ ਯਕੀਨ ਰੱਖੋ ਉਹ ਕਿਹੜਾ ਮਾੜਾ ਲੱਭਣਗੇ ਥੈਂਕ ਯੂ ਬਹੁਤ ਵਧੀਆ ਮਹਾਰਾਜ ਭਾਗ ਲਾਉਣ ਮਹਾਰਾਜ ਭਾਗ ਲਾਉਣ ਬੱਚਿਆਂ ਦੇ ਨਾਲ ਰੌਣਕਾਂ ਅਸੀਂ ਕੀਤੀਆਂ ਜੀ ਸਾਂਝੀਆਂ ਕੀਤੀਆਂ ਔਰ ਬਹੁਤ ਵਧੀਆ ਟੈਲੈਂਟਡ ਬੱਚੇ ਫੈਕਲਟੀ ਮੈਂਬਰਸ ਨਾਲ ਹੁਣ ਗੱਲਬਾਤ ਕਰਦੇ ਹਾਂ ਅਤੇ ਸਰ ਤੋਂ ਸ਼ੁਰੂਆਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਂ ਜੀ ਹਰਨੀਤ ਸਿੰਘ ਹੈ ਜੀ ਓਕੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਅੰਮ੍ਰਿਤਸਰ ਸਾਹਿਬ ਤੋਂ ਜੀ ਅੰਮ੍ਰਿਤਸਰ ਤੋਂ ਮਾਝੇ ਤੋਂ ਹਾਂਜੀ ਓਕੇ ਜੀ ਕਦੋਂ ਤੋਂ ਇੱਥੇ ਪੜ੍ਹਾ ਰਹੇ ਹੋ ਜੀ 2015 ਜੀ 3-3.5 ਸਾਲ ਹੋ ਗਏ ਜੀ 3 ਸਾਲ ਵਧੀਆ ਲੰਘਿਆ ਸਫ਼ਰ ਬਹੁਤ ਵਧੀਆ ਲੰਘਿਆ ਜੀ ਸਫ਼ਰ ਓਕੇ ਪਰਿਵਾਰ 'ਚ ਕੌਣ ਕੌਣ ਜੀ ਪਰਿਵਾਰ ਹਾਲੇ ਨਵਾਂ ਹੀ ਹੋਇਆ ਜੀ ਹਾਲੇ ਮਤਲਬ ਵਾਈਫ ਨਵੀਂ ਆਈ ਹੈ ਅੱਛਾ ਅੱਛਾ ਇਹ ਨਹੀਂ ਕਹਿੰਦੇ ਵੀ ਵਿਆਹ ਹੋਇਆ ਹਜੇ ਵਾਈਫ ਨਵੀਂ ਆਈ ਹੈ ਵਾਈਫ ਹੁਣ ਨਵੀਂ ਆਈ ਹਾਂ ਪੁਰਾਣੀਆਂ ਗੱਲਾਂ ਛੱਡ ਦਈਏ ਤਾਂ ਪਿੱਛੇ ਵਧੀਆ ਗੱਲ ਹੈ ਅੱਛਾ ਜੀ ਪੁਰਾਣੀਆਂ ਗੱਲਾਂ ਛੱਡ ਦਈਏ ਵਾਈਫ ਨਵੀਂ ਆਈ ਵਾਈਫ ਨਵੀਂ ਆਈ ਓਕੇ ਜੀ ਕਿਆ ਕਦੋਂ ਹੋਇਆ ਜੀ ਵਿਆਹ ਰੀਸੈਂਟਲੀ 8 ਮਹੀਨੇ ਹੋਇਆ ਹੈ ਅੱਛਾ 7-8 ਮਹੀਨੇ ਹੋਇਆ ਜੀ ਓਕੇ ਭਾਬੀ ਜੀ ਕੀ ਕਰਦੇ ਨੇ ਜੀ ਐਮਟੈਕ ਕੀਤੀ ਹੋਈ ਹੈ ਗਵਰਨਮੈਂਟ ਜੋਬ ਲੱਗੀ ਹੋਈ ਹੈ ਓਕੇ ਜੀ ਤੇ ਹੁਣ ਉਹ ਅੰਮ੍ਰਿਤਸਰ ਨੇ ਕਿ ਇੱਥੇ ਅੰਮ੍ਰਿਤਸਰ ਹੀ ਨਹੀਂ ਉਹ ਅੰਮ੍ਰਿਤਸਰ ਨੇ ਜੀ ਫਿਰ ਤੁਸੀਂ ਮਿਸ ਨਹੀਂ ਕਰਦੇ ਜਾਂਦੇ ਕਦੋਂ ਜਾਂ ਵੀਕਐਂਡ 'ਤੇ ਜਾਂਦੇ ਹੋ ਵੀਕਐਂਡ 'ਤੇ ਚਲੇ ਜਾਈਦੇ ਓਕੇ ਜੀ ਓਕੇ ਨਾਲੇ ਐਵੇਂ ਖਾਤਰਦਾਰੀ ਵਧੀਆ ਹੋ ਜਾਂਦੀ ਹੈ ਖਾਤਰਦਾਰੀ ਨਾਲੇ ਥੋੜ੍ਹਾ ਜਿਹਾ ਗੈਪ ਮੇਨਟੇਨ ਰਹਿੰਦਾ ਵਧੀਆ ਗੈਪ ਮੇਨਟੇਨ ਰਹਿੰਦਾ ਵੈਰੀ ਗੁੱਡ ਬਹੁਤ ਵਧੀਆ ਚੰਗੀ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਰਹਿੰਦਾ ਹੈ ਬਾਕੀ ਸਮਝ ਅੱਛਾ ਠੀਕ ਹੈ ਸਰ ਹੋਰਾਂ ਦੋ ਜੀ ਹਾਂਜੀ ਉਸਤਾਦ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣੀ ਪੱਗ ਸਰ ਤੁਹਾਡੀ ਵੀ ਬਹੁਤ ਸੋਹਣੀ ਪੱਗ ਧੰਨਵਾਦ ਜੀ ਕੀ ਨਾਂ ਜੀ ਸੰਦੀਪ ਸਿੰਘ ਜੀ ਓਕੇ ਤੁਸੀਂ ਕਿੱਥੋਂ ਸਰ ਅਸੀਂ ਨਾਭੇ ਤੋਂ ਜੀ ਨਾਭਾ ਪਟਿਆਲਾ ਜ਼ਿਲ੍ਹਾ ਨਾਭਾ ਅਤੇ ਕੀ ਸੁਣਾਓਗੇ ਜੀ ਕੋਈ ਥੋੜ੍ਹਾ ਬਹੁਤਾ ਤੁਸੀਂ ਸ਼ੌਂਕ ਰੱਖਦੇ ਹੋ ਜੇ ਗਾਣਿਆਂ ਦਾ ਜਾਂ ਗਾਣਾ ਸੁਣਾ ਦਿੰਦੇ ਹਾਂ ਜੀ ਤੁਸੀਂ ਬਹਿ ਗਏ ਕਿ ਨਹੀਂ ਜੀ ਆਪਾਂ ਤਾਂ ਹਲੇ ਤੁਹਾਡੀ ਸ਼ਕਲ ਦੱਸਦੀ ਹੈ ਜੀ ਰਾਜੀ ਖੁਸ਼ੀ ਸਿੰਗਲ ਆ ਇੱਧਰ ਕਿੰਨੀ ਮੁਸਕਰਾਹਟ ਹੈ ਉੱਧਰ ਥੋੜ੍ਹੇ ਮੁਰਝਾਏ ਜਿਹੜੇ ਅੱਛਾ ਜੋਸ਼ ਇੱਧਰ ਵੀ ਪੂਰਾ ਜੀ ਅੱਛਾ ਜੀ ਕਿਆ ਬਾਤ ਬਰਕਰਾਰ ਰਵੇ ਜੋਸ਼ ਸੁਣਾਓ ਜੀ ਬਿਲਕੁਲ ਭੰਗੜਾ ਪਾਉਣੇ ਭੰਗੜਾ ਕਰ ਦਿੰਦੇ ਹਾਂ ਜੀ ਭੰਗੜਾ ਕਰ ਦਿੰਦੇ
ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੀ ਪੱਗ ਜੀ। ਧੰਨਵਾਦ। ਬਹੁਤ ਸੋਹਣਾ ਸਰੂਪ, ਮਾਰੇ ਕਿਰਪਾ ਕਰਨ, ਬੜੀ ਕਿਰਪਾ ਤੁਹਾਡੇ। ਧੰਨਵਾਦ ਜੀ। ਕੀ ਨਾਂ ਹੈ ਜੀ? ਤਰਨਦੀਪ ਸਿੰਘ। ਕਿੱਥੋਂ ਬਿਲੋਂਗ ਕਰਦੇ? ਅੰਬਾਲਾ ਜੀ। ਅੰਬਾਲਾ? ਹਾਂਜੀ। ਪਰਿਵਾਰ 'ਚ ਕੌਣ ਕੌਣ? ਮੈਂ ਅਤੇ ਫਾਦਰ ਸਾਹਿਬ। ਕਿਆ ਬਾਤ ਹੈ, ਕੀ ਪੜ੍ਹਾਉਂਦੇ ਹੋ ਜੀ ਇੱਥੇ? ਇੱਥੇ ਮੈਂ ਜੀ ਸਿਵਲ ਇੰਜੀਨੀਅਰਿੰਗ 'ਚ। ਓਕੇ ਜੀ। ਆਪ ਕਿੱਥੋਂ ਪੜ੍ਹੇ ਜੀ? ਮੈਂ ਜੀ ਕੁਰਕਸ਼ੇਤਰ ਯੂਨੀਵਰਸਿਟੀ। ਕੁਰਕਸ਼ੇਤਰ? ਹਾਂਜੀ ਹਾਂਜੀ। ਅਤੇ ਕਿੰਨੇ ਸਾਲ ਹੋ ਗਏ ਜੀ ਇੱਥੇ? 2.5 ਸਾਲ ਹੋ ਗਏ ਜੀ। ਕਿਆ ਵਧੀਆ ਲੱਗ ਰਿਹਾ ਸਫ਼ਰ? ਬਹੁਤ ਵਧੀਆ ਜੀ। ਓਕੇ ਜੀ, ਹੋਰ ਹੋਬੀਜ਼ ਤੁਹਾਡੀਆਂ, ਸ਼ੌਂਕ? ਬਸ ਕੁਛ ਨਹੀਂ ਜੀ, ਪੜ੍ਹਨ ਅਤੇ ਪੜ੍ਹਾਉਣਾ। ਕੋਈ ਸੁਨੇਹਾ? ਬਸ ਜੀ ਕੁਛ ਨਹੀਂ, ਹਾਲੇ ਸਮਾਨ ਜਾ ਨਹੀਂ। ਸੁਨੇਹਾ ਬਸ ਜੀ, ਹੱਸਦੇ ਰਹੋ, ਵੱਸਦੇ ਰਹੋ, ਜਵਾਨੀਆਂ ਮਾਣੋ, ਤਰੱਕੀਆਂ ਮਾਣੋ। ਤੁਸੀਂ ਵੱਸ ਗਏ ਜੀ ਪੂਰੇ? ਹਾਲੇ 6 ਕੁ ਮਹੀਨੇ 'ਚ। ਹਾਂਜੀ, 6 ਮਹੀਨੇ। ਅੱਛਾ, 6 ਮਹੀਨੇ 'ਚ ਬਾਅਦ ਬੱਸਣਾ ਕਿ ਹਜੇ? ਤਿਆਰੀ ਹੈ। 6 ਮਹੀਨੇ ਬਾਅਦ ਬੱਸਣਾ? ਸ਼ੀਦੀ ਦੀ ਤਿਆਰੀ ਹੈ। ਚੰਗੇ ਜਾਣ, ਚਲੋ ਕੋਈ ਨਹੀਂ, ਇਹ ਜ਼ਰੂਰੀ ਹੈ ਜੀ। ਨਾ ਵਧੀਆ ਗੱਲ ਹੈ ਜੀ, ਜ਼ਰੂਰੀ ਹੈ ਜੀ ਇਹ ਵੀ ਟੰਗਣਾ, ਹੈ ਨਾ ਜੀ? ਸਾਰੇ ਟੰਗੇ ਗਏ ਨੇ ਜੀ, ਆਹ ਦੇਖੋ। ਹਾਂਜੀ, ਬਸ ਕਹਿਣਾ ਤੁਸੀਂ ਆਸ਼ੀਰਵਾਦ ਦਿਓ ਇਹਨਾਂ ਨੂੰ ਤੇ। ਹਾਂ, ਸੁਹਾਰਾ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਰੂਪਾਲੀ। ਅੱਛਾ, ਤੁਸੀਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਦੋਂ ਵਿਆਹ ਦਾ ਲੱਡੂ ਖਾਣਾ? ਨਾ ਮੈਂ ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਸਭ ਨੂੰ ਇਹੀ ਪੁੱਛਦੇ ਹੋ ਕਿ ਵਿਆਹ ਹੋ ਗਿਆ ਜੀ, ਨੂੰ ਮੇਨ ਪੁੱਛਦਾ ਜੀ, ਬੱਚਿਆਂ ਨੂੰ ਵੀ ਤੁਸੀਂ ਪੁੱਛੇ, ਅੱਜ ਮੈਂ ਤੁਹਾਨੂੰ ਪੁੱਛਣਾ ਹੈ ਤੁਸੀਂ ਵਿਆਹ ਦਾ ਲੱਡੂ ਕਦ ਖਾਣਾ? ਤੁਹਾਨੂੰ ਹੱਸਦਾ ਖੇਡਦਾ ਚੰਗੇ ਲੱਗਦਾ? ਨਾ, ਬਿਲਕੁਲ ਵੀ ਨਹੀਂ। ਅੱਛਾ, ਤੁਹਾਨੂੰ ਹੱਸਦਾ ਖੇਡਦਾ ਨਹੀਂ ਚੰਗਾ ਲੱਗਦਾ? ਨਾ ਨਾ। ਓਕੇ ਜੀ, ਇਹ ਤਾਂ ਉਹਨੂੰ ਪਤਾ ਜੀ, ਪਰਮਾਤਮਾ ਨੂੰ ਜਦੋਂ ਹੋ ਗਿਆ ਕਰ ਲਾਂਗੇ। ਤੁਹਾਨੂੰ ਵੀ ਪਤਾ ਹੋਊਗਾ, ਸਭ ਨੂੰ ਪਤਾ ਹੁੰਦਾ ਜੀ। ਤੁਹਾਨੂੰ ਪਤਾ ਜੀ? ਹਾਂਜੀ। ਨਹੀਂ, ਮੈਨੂੰ ਨਹੀਂ ਪਤਾ ਜੀ। ਤੁਹਾਨੂੰ ਵੀ ਪਤਾ ਹੋਊਗਾ, ਦੱਸਣਾ ਨਹੀਂ ਚਾਹੁੰਦੇ ਤੁਸੀਂ? ਉਹ ਮਹਾਰਾਜ ਹੈ ਜਾਂ ਵਿਆਹ ਹੋਇਆ ਨਹੀਂ ਹੈਗਾ ਤੁਸੀਂ ਦੱਸਣਾ ਨਹੀਂ ਚਾਹੁੰਦੇ? 2 ਸਾਲ, 3 ਸਾਲ, 4 ਸਾਲ, ਜਦੋਂ ਹੋਇਆ ਜੀ ਉਦੋਂ ਹੋਣਾ। ਤੁਹਾਨੂੰ ਦੱਸੂਗਾ ਜੀ, ਮੈਂ ਸਪੈਸ਼ਲੀ ਦੱਸ ਦੂੰਗਾ ਤੁਹਾਨੂੰ, ਘਰ ਕਾਰਡ ਭੇਜ ਦੂੰਗਾ ਵਿਆਹ ਆ ਗਿਆ ਜੀ ਮੇਰਾ। ਤੁਸੀਂ ਖੁਸ਼ ਹੋ ਜਾਓ ਜੀ, ਜਦੋਂ ਸੋਫੇ 'ਤੇ ਬੈਠਾ ਹੋਇਆ ਨਾ, ਮੂੰਹ ਜਿਹਾ ਲਟਕਾ ਕੇ ਤੁਸੀਂ ਭੰਗੜਾ ਪਾ ਲਿਓ। ਠੀਕ ਹੈ ਜੀ। ਹਾਂ, ਡੱਬੇ ਵਾਲੀ ਦੇਖ, 2 ਕਿਲੋ ਲੱਡੂ ਵੱਧ ਦਊਂਗਾ ਤੈਨੂੰ। ਤੂੰ ਕਿਹੜਾ ਵਿਆਹ 'ਤੇ ਆਉਣੇ ਲੱਡੂ ਹੀ ਖਾਣੇ ਨੇ? ਪੱਕਾ। ਜਦੋਂ ਹੋਇਆ ਜੀ ਸੱਦੂਗਾ ਜੀ। ਹਾਂਜੀ। ਹੁਣ ਤੁਸੀਂ ਕੀ ਪੜ੍ਹਾਉਣੇ ਕੀ ਹੋਣੀ ਇੱਥੇ? ਕੰਪਿਊਟਰ ਸਾਇੰਸ। ਅੱਛਾ ਜੀ, ਕਿੱਥੋਂ ਬਿਲੋਂਗ, ਕਿੱਥੋਂ ਕਰਦੇ? ਨਾਭਾ ਤੋਂ। ਨਾਭੇ ਤੋਂ ਤੁਸੀਂ ਵੀ? ਓਕੇ, ਕੋਈ ਤੁਸੀਂ ਸੁਣਾਓਗੇ ਥੋੜ੍ਹਾ? ਨਹੀਂ ਸਰ। ਅੱਛਾ, ਬੜੀ ਮਿਹਰਬਾਨੀ। ਹਾਂਜੀ, ਇੱਧਰ ਹੋ ਗਈ ਸੀ ਗੱਲਬਾਤ ਪਹਿਲਾਂ। ਹਾਂਜੀ, ਅਗਲੇ ਮੈਡਮ ਜੀ, ਤੁਸੀਂ ਪੜ੍ਹਾਉਂਦੇ ਹੋ ਜੀ? ਹਾਂਜੀ, ਆਓ ਜੀ, ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਸੁਪ੍ਰਿਆ। ਓਕੇ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮੈਂ ਮੈਨੇਜਮੈਂਟ ਡਿਪਾਰਟਮੈਂਟ 'ਚ ਹਾਂ, ਅਕਾਊਂਟਸ, ਇੰਸ਼ੋਰੈਂਸ, ਟੈਕਸ, ਸਾਰੇ ਕੁਛ ਹੀ ਪੜ੍ਹਾਉਂਦੇ ਹਾਂ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਰਾਜਪੁਰਾ ਤੋਂ। ਰਾਜਪੁਰਾ? ਹਾਂਜੀ। ਕਦੋਂ ਇੱਥੇ, ਕਦੋਂ ਜੁਆਇਨ ਕੀਤਾ ਜੀ? ਹੁਣੀ ਅਗਸਤ ਵਿੱਚ ਜੁਆਇਨ ਕੀਤੀ ਹੈ। 2 ਮਹੀਨੇ ਪਹਿਲਾਂ? ਹਾਂਜੀ ਹਾਂਜੀ। ਕੀ ਸੁਣਾਓਗੇ ਜੀ ਸਾਨੂੰ? ਕੋਈ ਤੁਹਾਡਾ ਰੁਚੀ ਹੋਵੇ ਇੱਧਰ, ਸ਼ਹਿਰੋ ਸ਼ਾਇਰੀ, ਕੋਈ ਕਵਿਤਾ, ਕੱਖ ਨਹੀਂ? ਜੋਦੇ ਬਾਦਰ। ਚਲੋ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਅੱਛਾ, ਜਿਹੜੇ ਆਹ ਮੈਡਮ ਨੇ ਨਾ, ਇਹ ਉਵੇਂ ਖੜੇ ਨੇ, ਵਾਹਿਗੁਰੂ ਆ ਨਾ ਜਾਵੇ, ਇਹ ਹੈ ਖੜੇ ਨੇ ਵੀ ਮਰ ਜਾਣਾ ਕਿਤੇ ਆ ਨਾ ਜਾਵੇ, ਮਰ ਜਾਣਾ ਕਿਤੇ ਆ ਨਾ ਜਾਵੇ, ਅੰਦਰੋਂ ਗਾਲਾਂ ਗੱਡੀਆਂ ਦੇ ਵੀ ਪਤਾ ਨਹੀਂ ਕਿਤੇ ਆ ਨਾ ਜਾਵੇ। ਜਦੋਂ ਮੈਂ ਨਾਲ ਹੀ ਟੱਪ ਗਿਆ ਨਾ, ਸਾਹ ਆ ਗਿਆ ਵੀ ਸ਼ੁਕਰ ਆ ਗਿਆ, ਸ਼ੁਕਰ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਨਾ ਡਰਨਾ। ਕੀ ਨਾਂ ਜੀ? ਹਰਪਿੰਦਰ ਕੌਰ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਸਰ, ਮੈਂ ਪਟਿਆਲਾ ਤੋਂ। ਪਟਿਆਲੇ ਤੋਂ? ਹਾਂਜੀ। ਓਕੇ, ਸ਼ੋਅ ਦੇ ਜ਼ਰੀਏ ਕੀ ਸੁਨੇਹਾ ਲਾਓ ਦੇਣਾ ਚਾਹੁੰਦੇ ਹੋ ਜੀ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਬਸ ਸਟੂਡੈਂਟਸ ਲਈ, ਆਪਣਾ ਵਧੀਆ ਸਟੱਡੀ ਕਰੋ, ਆਪਣਾ ਫਿਊਚਰ ਬਣਾਓ, ਐਂਡ ਜਿਹੜੇ ਵੀ ਸ਼ੌਂਕ ਨੇ ਬੱਚਿਆਂ ਦੇ, ਜਿਹਨੇ ਟੈਲੈਂਟਡ ਬੱਚੇ ਹੈਗੇ ਆ, ਇਹਨੂੰ ਨਾਲ ਦੀ ਨਾਲ ਆਪਣਾ ਕੰਟੀਨਿਊ ਜ਼ਰੂਰ ਰੱਖੋ। ਸਟੱਡੀ ਦੇ ਨਾਲ ਓਵਰਆਲ ਜਿਹੜੀ ਡਿਵਲਪਮੈਂਟ ਜ਼ਰੂਰੀ ਆ, ਬੱਚਿਆਂ ਲਈ ਕਲਚਰ ਆਈਟਮ ਸਟੱਡੀ ਦੇ ਨਾਲ ਨਾਲ ਜ਼ਰੂਰੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਚਲੋ ਜੀ, ਫੈਕਲਟੀ ਮੈਂਬਰਸ ਨਾਲ ਗੱਲਬਾਤ ਕੀਤੀ, ਸੋ ਹੁਣ ਹੱਥਾਂ 'ਚ ਖੁੰਡੇ ਲੈ ਕੇ ਖੜੇ ਨੇ ਗੱਭਰੂ ਇਸ ਕਾਲਜ ਦੇ, ਸੋ ਦੇਖਦੇ ਹਾਂ ਜੀ ਭੰਗੜਾ ਕਿਆ ਵਾ। ਆਓ ਜੀ। ਓ ਸੁਣ ਸੁਣਨੀ ਟੋਕਰੇ ਵਾਲੀਏਣੀ, ਹਾ ਤੇਰੇ ਟੋਕਰੇ ਵਿੱਚ ਰੁਮਾਲ ਮੇਰਾ, ਹਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ, ਤੇ ਅਸੀਂ ਨਿੱਤ ਮੰਗੀਏ ਦੀਦਾਰ ਤੇਰਾ ਹੀ ਓਏ। ਆ
ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਜਾਣਾ ਪੈਣਾ ਜੀ। ਅਗਲੇ ਹਫ਼ਤੇ ਇੱਕ ਹੋਰ ਕਾਲਜ ਵਿੱਚ ਮਿਲਾਂਗੇ। ਕੀ ਪਹੁੰਚਿੰਗ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਤੁਹਾਨੂੰ ਮਿਲ ਸਕਣ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ।